ਲੀਆਂ ਹੈ ਤੁਸੀਂ ਲੋਲੀਪੌਪ ਸਟਿਕ ਯੂਜ਼ ਕਰ ਸਕਦੇ ਹੋ ਜਾਂ ਝਾੜੂ ਚੋਂ ਕੱਢ ਲਿਓ ਜਿਵੇਂ ਮੈਂ ਨਹੀਂ ਝਾੜੂ ਚ ਨਹੀਂ ਅੱਜ ਕੀ ਬਣਾਉਣਾ ਅੱਜ ਕੀ ਬਣਾਉਣਾ ਸਾਨੂੰ ਦੱਸ ਵੱਲੀ ਆਏ ਨੀ ਦੱਸ ਦੱਸ ਮੈਂ ਕਿਸੇ ਕਹਿਣਾ ਹਰ ਵਾਰੀ ਤੇ ਇੱਕ ਚੁੰਬਰੀ ਕੱਢੀ ਜਾਂਦੀ ਹੈ ਬਹੁਤ ਗੁੱਸਾ ਕੱਢ ਦਿੰਦਾ ਬਹੁਤ ਗੁੱਸਾ ਕੱਢ ਦਿੰਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਥੇ ਵੈਲਕਮ ਟੂ ਜੈਸਮਿਨਸ ਰਸੋਈ ਹਾਂਜੀ ਮੈਂ ਕਿਹਾ ਹਰ ਵਾਰੀ ਮੈਂ ਭੁੱਲ ਜਾਂਦੀ ਹਾਂ ਇਸ ਵਾਰੀ ਯਾਦ ਰੱਖਿਓ ਆਇਦ ਕੀ ਤਾਂ ਮੈਂ ਕਹਿੰਦਾ ਕੜੇਲ ਕੱਢਤੇ ਹੀ ਕੜੇਲ ਕੱਢਤੇ ਕੜੇਲੇ ਤਾਂ ਕੱਢਤੇ ਜਿਹੜੇ ਕੱਢੇ ਨੇ ਇਹ ਕੀ ਹੈ ਇਹ ਤੇਗ ਦਾ ਜਿਹੜਾ ਬਰਥਡੇ ਦਾ ਕੇਕ ਬਚਿਆ ਸੀ ਨਾ ਦਿਖਾਓ ਉਹ ਆ ਬਚਿਆ ਸੀ ਤੇ ਇਹਨੂੰ ਫਿਰ ਮਾਰ ਕਿਉਂ ਦਿੱਤਾ ਕਿਉਂਕਿ ਆਪਾਂ ਇਹਨੂੰ ਵੇਸਟ ਕਰਨ ਦੀ ਬਜਾਏ ਇਹਨੂੰ ਯੂਸਫੁਲ ਮਤਲਬ ਕੁਝ ਬਣਾਵਾਂਗੇ ਰੈਸਿਪੀ ਸੋ ਓਕੇ ਤੇ ਇਹ ਦੱਸੋ ਜੀ ਫਿਰ ਅੱਜ ਕੀ ਬਣ ਰਿਹਾ ਜੈਸਮੀਨ ਦੀ ਰਸੋਈ ਦੇ ਵਿੱਚ ਤੇ ਅੱਜ ਮੋਰ ਸਪੈਸ਼ਲ ਕਿਉਂ ਬਣ ਰਿਹਾ ਅੱਛਾ ਜੀ ਅੱਜ ਜੈਸਮੀਨ ਦੀ ਰਸੋਈ ਦੇ ਵਿੱਚ ਬਣ ਰਹੇ ਨੇ ਕੇਕ ਪੌਪਸ ਤੇ ਇਹ ਸਪੈਸ਼ਲ ਇਸ ਕਰਕੇ ਕੱਲ ਸੀਗਾ ਤੇਗ ਦਾ ਬਰਥਡੇ ਤੇ ਹੁਣ ਬਚ ਗਿਆ ਕੇਕ ਤੇ ਕੇਕ ਬੱਚੇ ਕਹਿੰਦੇ ਆ ਕਿ ਅਸੀਂ ਬੋਰ ਹੋ ਜਾਂਦੇ ਸੇਮ ਸੇਮ ਕੇਕ ਖਾ ਕੇ ਤੇ ਇਸ ਕਰਕੇ ਉਹ ਕੇਕ ਵੇਸਟ ਨਾ ਜਾਵੇ ਉਹਦੇ ਲਈ ਸਪੈਸ਼ਲ ਰੈਸਿਪੀ ਹੈ ਕੇਕ ਪੌਪਸ ਕੇਕ ਪੌਪਸ ਹਾਂਜੀ ਦੱਸ ਦਿਆ ਕਰੋ ਨਾ ਮੇਰੇ ਵਰਗੇ ਪੰਜਾਬੀ ਬੰਦੇ ਨੂੰ ਪਤਾ ਲੱਗਦਾ ਵੀ ਕੇਕ ਪੌਪਸ ਕੀ ਆ ਮੈਂ ਕਿਹਾ ਤੂੰ ਲਾਈਕ ਕੇਕ ਪਾਪਾ ਮੇਰੇ ਮੂੰਹ ਤੇ ਨਾ ਮਾਰਨਾ ਹੋਵੇ ਗੁੱਡ ਨੇਮ ਵੈਸੇ ਕੇਕ ਦੇ ਪੌਪਸ ਪਰ ਹਾਂ ਕੇਕ ਦੇ ਲੋਲੀਪੌਪ ਸੋ ਵੇਸਟ ਨਹੀਂ ਹੁੰਦਾ ਵੇਸਟ ਨਹੀਂ ਹੁੰਦਾ ਸਾਰਿਆਂ ਲਈ ਨੁਸਖਾ ਆ ਇਹ ਸਾਰਿਆਂ ਲਈ ਨੁਸਖਾ ਆ ਤੇ ਜੇ ਕੇਕ ਲਿਆਉਣਾ ਤੇ ਇਦਾਂ ਜਿਹੜਾ ਮਰਜ਼ੀ ਕੇਕ ਹੋਵੇ ਜਿਹੜਾ ਮਰਜ਼ੀ ਕੇਕ ਹੋਵੇ ਸਪੰਜ ਕੇਕ ਹੋਵੇ ਫਰੂਟ ਕੇਕ ਹੋਵੇ ਕੋਈ ਫਿਰ ਜਿਵੇਂ ਇੰਡੀਆ 'ਚ ਨੇ ਕਈ ਆਪਣੇ ਸਬਸਕ੍ਰਾਈਬਰਸ ਤੁਸੀਂ ਉੱਥੇ ਜੇ ਤੁਹਾਡੇ ਕੋਲ ਬਚਿਆ ਹੋਇਆ ਕੇਕ ਆ ਬਰਥਡੇ ਦਾ ਉਹਦੇ ਤੇ ਕਰੀਮ ਲੱਗੀ ਹੁੰਦੀ ਵਿਪਡ ਕਰੀਮ ਉਹ ਨਾਲ ਹੀ ਉਹਦੇ ਇਦਾਂ ਕ੍ਰੰਬਸ ਕਰ ਲਓ ਬੱਚੇ ਉਹਦਾ ਇਹ ਕਾਚਾ ਮਾਚਾ ਸਾਰਾ ਕੁਝ ਵਿੱਚ ਹੀ ਹੈ ਇਹ ਕਾਚਾ ਮਾਚਾ ਕੀ ਕਾਚਾ ਮਾਚਾ ਤੇ ਜੇ ਤੁਸੀਂ ਆਪਣੇ ਸੈਪਰੇਟ ਬਣਾਉਣੀ ਹੈ ਤੁਸੀਂ ਕੇਕ ਬੇਕ ਨਹੀਂ ਕਰਨਾ ਉਹਦਾ ਈਜ਼ੀ ਰੈਸਿਪੀ ਹੈ ਕਿ ਤੁਹਾਡੇ ਘਰ ਬੱਚਾ ਸੁਣ ਤੇ ਲੋ ਬ੍ਰਿਟੈਨੀਆ ਦੇ ਕੇਕ ਆਉਂਦੇ ਨੇ ਉੱਥੇ ਟੂਟੀ ਫਰੂਟੀ ਆਉਂਦਾ ਚਾਕਲੇਟ ਕੇਕ ਆਉਂਦਾ ਸਾਰੇ ਪੋਰ ਲੋ ਲੋਫ ਵਾਲੇ ਹੁੰਦੇ ਨੇ ਉਹਨਾਂ ਨੂੰ ਪੋਰਨਾ ਹੀ ਆ ਬਸ ਓਕੇ ਚਲ ਪੋਰ ਲਿਆ ਫਿਰ ਹੁਣ ਗਾ ਜਾ ਗਿਆ ਅੱਛਾ ਹੁਣ ਇੰਗਰੀਡੀਐਂਟ ਮੈਂ ਪਹਿਲਾਂ ਮੇਨ ਦੱਸਤਾ ਹੈ ਕੇਕ ਹੈ ਨਾ ਕੇਕ ਬੱਚਾ ਹੈ ਕੇਕ ਬੇਹਾ ਕੇਕ ਇੱਕ ਦਿਨ ਪੁਰਾਣਾ ਆ ਤੇ ਆਈਸਿੰਗ ਵਿੱਚ ਹੀ ਆਈ ਦੀ ਜਿਹੜੀ ਵੀ ਯੂਜ਼ ਕੀਤੀ ਸੀ ਹੈ ਨਾ ਆਈਸਿੰਗ ਹੁੰਦੀ ਹੈ ਮੈਂ ਨਾ ਮਤਲਬ ਜਿਹੜੀ ਉੱਤੇ ਉਹਦੇ ਜਿਵੇਂ ਵਿਪਡ ਕਰੀਮ ਹੋਵੇ ਚਾਹੇ ਬਟਰ ਕਰੀਮ ਹੋਵੇ ਜਿਹੜੀ ਉਹ ਗਲਾਸ ਚ ਪਾਉਂਦੇ ਨੇ ਪਟਿਆਲੇ ਵਾਲੇ ਚ ਉਹ ਨਹੀਂ ਹੁੰਦੀ ਆਈਸਿੰਗ ਨਹੀਂ ਜਾਂ ਦੂਜੀ ਆਈਸਿੰਗ ਤੇ ਫਿਰ ਇਹਦੇ ਵਿੱਚ ਹੁਣ ਅਸੀਂ ਹੋਰ ਇੰਗਰੀਡੀਐਂਟਸ ਮੈਂ ਦੱਸ ਦਿੰਦੀ ਹਾਂ ਮੇਰੇ ਕੋਲ ਨਿਊਟੈਲਾ ਆ ਕਿਉਂਕਿ ਮੈਨੂੰ ਨੂਟੈਲਾ ਬਹੁਤ ਸਵਾਦ ਲੱਗਦਾ ਸਾਡੇ ਬੱਚਿਆਂ ਨੂੰ ਵੀ ਬਹੁਤ ਸਵਾਦ ਲੱਗਦਾ ਆ ਤੇ ਜੇ ਤੁਹਾਡੇ ਕੋਲ ਸਪੈਸ਼ਲ ਆਈਸਿੰਗ ਐਕਸੈਸੀਬਲ ਨਹੀਂ ਹੈਗੀ ਤੇ ਫਿਰ ਤੁਸੀਂ ਨੂਟੈਲਾ ਵੀ ਯੂਜ਼ ਕਰ ਸਕਦੇ ਹੋ ਜਿਹੜਾ ਈਜ਼ੀਲੀ ਹੈ ਇਹ ਪਾਉਣਾ ਵਿੱਚ ਕਿ ਨਹੀਂ ਹੁਣ ਇਹ ਪਾਉਣਾ ਆਪਾਂ ਨੇ ਉਹ ਕਿਤੇ ਜੇ ਇੰਡੀਆ ਦੇ ਵਿੱਚ ਨੂਟੈਲਾ ਮਿਲਦਾ ਮਿਲਦਾ ਇੰਡੀਆ 'ਚ ਪੱਕੀ ਆ ਹਾਂ ਹਾਂ ਮਿਲਦਾ ਆ ਆਹੀ ਨਾਂ ਤੋਂ ਨੂਟੈਲਾ ਦੇ ਨਾਂ ਤੋਂ ਹੀ ਮਿਲਦਾ ਹਾਂ ਨੂਟੈਲਾ ਵੀ ਮਿਲਦਾ ਆ ਨਹੀਂ ਤੇ ਕੋਈ ਵੀ ਹੇਜ਼ਲਨਟ ਸਪਰੈਡ ਹੋਵੇ ਉਹ ਮਿਲਦਾ ਆ ਸਭ ਕੁਝ ਤੁਸੀਂ ਇਹ ਯਾਰ ਆਪਾਂ ਉਦੋਂ ਹੁੰਦੇ ਸੀ ਉੱਥੇ 1990 ਤੇ 2000 ਵਿੱਚ 96 ਉਦੋਂ ਨਟੈਲੇ ਹੋਣੀ ਹੁੰਦੇ ਸੀ ਹੁੰਦੇ ਹੋਣਾ ਆਪਾਂ ਕਦੇ ਲੱਭੇ ਹੀ ਨਹੀਂ ਪਰ ਮੈਂ ਇਹੀ ਖੁਸ਼ੀ ਹੁੰਦੀ ਸੀ ਆ ਤਾਂ ਮੈਂ ਇੱਥੇ ਆ ਕੇ ਦੇਖਿਆ ਯਾਰ ਬਾਹਰ ਆ ਕੇ ਵੀ ਆ ਦਿਖਾਈ ਦਿਖਾਈ ਨਟੈਲਾ ਨਟੈਲਾ ਵੀ ਭਾਈ ਚਾਕਲੇਟ ਨੂੰ ਬ੍ਰੈਡ ਤੇ ਵੀ ਲਾ ਸਕਦੇ ਹਨਾ ਹਾਂ ਉੱਥੇ ਤਾਂ ਜੈਮ ਹੀ ਬਣਦਾ ਸੀ ਵਿਚਾਰਾ ਜੈਮ ਬਟਰ ਬਟਰ ਵੀ ਨੀ ਲਾਇਆ ਸਾਡੇ ਤਾਂ ਮਲਾਈ ਲਾ ਲੈਂਦੀ ਬ੍ਰੈਡ ਤੇ ਅਮੂਲ ਚੀਜ਼ ਤੁਸੀਂ ਪੁੱਛੋ ਤੁਸੀਂ ਦੱਸੋ ਵੀ ਕੀ ਲਾਉਂਦੇ ਸਾਰਿਆਂ ਨੂੰ ਪੁੱਛੋ ਕਿ ਉਹ ਬ੍ਰੈਡ ਤੇ ਅੱਜਕੱਲ ਲਾਉਂਦੇ ਕੀ ਹੁੰਦੇ ਅੱਜ ਕੱਲ ਨਹੀਂ ਪਹਿਲਾਂ ਕੀ ਲਾਉਂਦੇ ਹਾਂ ਸਾਡੀ ਉਮਰ ਦੇ ਹਾਣੀ ਜਿਹੜੇ ਨੇ ਉਹ ਦੱਸੋ ਕੀ ਲਾਉਂਦੇ ਬ੍ਰੈਡ ਤੇ ਹਾਂ ਇਹ ਵੀ ਆ ਪਰ ਅੱਜਕੱਲ ਜਿੰਨਾ ਦੇ ਹੁਣ ਜਵਾਕ ਹੋ ਗਏ ਜਿਵੇਂ ਆਪਣੇ ਆ ਉਹ ਤਾਂ ਨਟੈਲੇ ਹੀ ਲਾਉਂਦੇ ਹੋਣੇ ਆ ਨਹੀਂ ਕੁਝ ਜ਼ਰੂਰੀ ਨਹੀਂ ਹੈਗਾ ਹੋਰ ਵੀ ਉੱਥੇ ਬਥੇਰੀ ਚੀਜ਼ਾਂ ਮਿਲਦੀਆਂ ਹੋਣੀਆਂ ਨੇ ਓਕੇ ਚਲ ਆਓ ਫਿਰ ਤੇ ਜੇ ਤੁਹਾਡੇ ਕੋਲ ਨਟੈਲਾ ਅਵੇਲੇਬਲ ਹੈ ਨਟੈਲਾ ਯੂਜ਼ ਕਰ ਸਕਦੇ ਹੋ ਪਰ ਕਈ ਵਾਰ ਇਹ ਹੁੰਦਾ ਕਿ ਤੁਸੀਂ ਮਤਲਬ ਹੇਜ਼ਲਨਟ ਫਲੇਵਰ ਨਹੀਂ ਚਾਹੁੰਦੇ ਕੱਲਾ ਚਾਕਲੇਟ ਚਾਹੁੰਦੇ ਹੋ ਹੇਜ਼ਲਨਟ ਦੀ ਪੰਜਾਬੀ ਕੀ ਹੁੰਦੀ ਹੈ ਮਤਲਬ ਇੱਕ ਤਰ੍ਹਾਂ ਨਟ ਹੀ ਹੁੰਦਾ ਆ ਇੱਕ ਤਰ੍ਹਾਂ ਹੁਣ ਮੈਨੂੰ ਇਹਦਾ ਹੇਜ਼ਲਨਟ ਨਟ ਤਾਂ ਹੁਣ ਨਟ ਦੀ ਤਾਂ ਪੰਜਾਬੀ ਹੋਣੇ ਕਰ ਜਿਵੇਂ ਮੈਕਡੇਮੀਆ ਹੁੰਦਾ ਅਖਰੋਟ ਅਖਰੋਟ ਨਹੀਂ ਉਹ ਵਾਲਨਟ ਹੁੰਦੇ ਆ ਉਹ ਅਖਰੋਟ ਦਾ ਭਾਈ ਵਾਲਨਟਸ ਦੀ ਫੈਮਿਲੀ ਚੋਂ ਹੀ ਆ ਭਾਈ ਦੱਸੋ ਵੀ ਕਮੈਂਟ ਦੇ ਵਿੱਚ ਮੈਨੂੰ ਸੱਚੀ ਨਹੀਂ ਪਤਾ ਹੇਜ਼ਲਨਟ ਦੀ ਪੰਜਾਬੀ ਕੀ ਹੁੰਦੀ ਹੈ ਤੇ ਮੇਰੇ ਕੋਲ ਇਹ ਦੂਜੀ ਆਈਸਿੰਗ ਵੀ ਹੈਗੀ ਆ ਤੁਸੀਂ ਇਹ ਵੀ ਪਾ ਸਕਦੇ ਜੇ ਤੁਸੀਂ ਆਸਟ੍ਰੇਲੀਆ ਰਹਿੰਦੇ ਨਿਊਜ਼ੀਲੈਂਡ ਰਹਿੰਦੇ ਹੋ ਜਾਂ ਹੋਰ ਬਾਹਰਲੀ ਕੰਟਰੀ ਚ ਮਿਲਦੇ ਹੋ ਤਾਂ ਤੁਹਾਨੂੰ ਬੈਟੀ ਕ੍ਰੋਕਰ ਦੀ ਆਈਸਿੰਗਸ ਵੀ ਮਿਲਦੀਆਂ ਨੇ ਜਿਹੜੀ ਬਣੀ ਬਣਾਈਆਂ ਹੁੰਦੀਆਂ ਨੇ ਓਕੇ ਤੁਸੀਂ ਉਹ ਵੀ ਪਾ ਸਕਦੇ ਪਰ ਇਹ ਤਾਂ ਮਤਲਬ ਈਜ਼ੀ ਆ ਹੈ ਨਾ ਤੇ ਇਹ ਚੀਜ਼ਾਂ ਚਾਹੀਦੀਆਂ ਫਿਰ ਆਪਾਂ ਨੂੰ ਚਾਹੀਦੀ ਆ ਚਾਕਲੇਟ ਚਿਪਸ ਮੈਂ ਪਹਿਲਾਂ ਇੱਕ ਵਾਰੀ ਟਰਾਈ ਕੀਤੀ ਮਾਈਕ੍ਰੋਵੇਵ ਚ ਕਰਨ ਦੀ ਫਿਰ ਵਾਪਸ ਜੰਮ ਗਈ ਜਦੋਂ ਅਸੀਂ ਵੀਡੀਓ ਬਣਾਉਂਦੇ ਸੀ ਤੇ ਇਹ ਹੈਗੇ ਚਾਕਲੇਟ ਚਿਪ ਮਿਲਕ ਚਾਕਲੇਟ ਦੇ ਨੇ ਤੇ ਇਹਨਾਂ ਨੂੰ ਮਾਈਕ੍ਰੋਵੇਵ ਚ ਆਪਾਂ ਕਿਹੜਾ ਹੈ ਕੈਡਬਰੀ
कैडबरी, हाँ कैडबरी चॉकलेट आ, है ना। तुसी कोई भी कैडबरी दी मतलब ब्लॉक वाली लेनी होवे, होर कोई मिक्सचर ना होवे, सिर्फ प्लेन मिल्क चॉकलेट होवे, तुसी व्हाइट चॉकलेट नाल भी बना सकते हो, पर असी मिल्क चॉकलेट यूज करांगे। ओके, ते होर मेरे कोल इत्थे हैगे केक पॉप्स दे विच बाद च सजाण दी सामग्री। इह की है? मसाले, सजाण दे मसाले, मिठे मसाले, मिठे मसाले, मिठे मसाले में नया वर्ड शुरू कर देना। सारी सजाण दी सामग्री आ, कलरफुल जे बच्चे मतलब बच्चियां नूं अट्रैक्टिव लगदियां ने लॉलीपॉप्स दे उत्ते। ते इह हैगा मेरे कोल कोकोनट आ, है ना, क्योंकि मैंने कोकोनट ते चॉकलेट अच्छी लगदियां ने। यह है पिस्ता क्रश किया हुआ, पिस्ताशू, जो बंदा एक बार पिसदा मेरा बंदा पिसदा ते मेरा डायलॉग किसदा ए भी तो देखो ना, पिस पिस के बंदा हरा भी हो जाता है। चल हरे हरा सके। यह है आलमंड्स मतलब अपने बदाम, यह है बाकी सारे जिवें स्प्रिंकल्स होंदे ने, छोटी छोटी गोलियां, दाणी, चीनी दियां दाणियां, दाणे जी दाणियां ही होगियां, है ना। मैंने याद है ना हेमोपैथिक वाली दवाई याद आ गई मैंने। ओ हां, मिठियां गोलियां, मिठी गोलियां हुण कहना ए नहीं है ओ, पर ओ स्वाद बहुत लगदियां सीगियां। ये बढ़िया ने शुगर वास्ते, हैं शुगर वास्ते, शुगर करने वास्ते, शुगर करने वास्ते, शुगर करने वास्ते। अच्छा, ए हैगी है मेरे कोल कोकोआ पाउडर, मतलब जिदे नाल कोको ते कोको दे बच्चे कोको दे जहो जी कोको हो जी कोको दे बच्चे वाला पाउडर दोबारा जी बोलो। एक कोकोआ पाउडर नहीं, केड़ी के कोको वाला डाल, कोको ते कोको दे बच्चे वाला पाउडर, वो वाला पाउडर। ओके, मतलब इदे शुगर नहीं होंदी है, कल्ला कोको वाला पाउडर आ जड़ा बटेश करदा कर सकदा, पर कौड़ा हुंदा है फिर। अच्छा हां, इदे नाल ही फिर तां जमा ही आ, जहो जी कोको हो जी कोको दे बच्चे। मैं कौन हूं? बादू नहीं, और आथू। सारे ने पूछ के देखो दसनगे तां। अच्छा, ऐ दसो, आवाज बड़ी बड़कदी है, पर जाके आपा हस्पताल आए हैं। हां, ओ फिर कद दसंगे सजा? सची नी यार, मैं लाइक हूं 36 साल हो गया, तू जिना चिर नटेला पानी लाइक 10 साल पहले ही पता लगे, 26 साल का होके मैं नटैले बारे पता लगे भी यही चीज भी आँदी है। नहीं नहीं, असि आपे चॉकलेट का नटैला बना लेंगे सी, गर्मी च जेब च पा लेना नटैला बन जाता जी। हाँ, मेल्ट हो जाती सी उत्थे, है ना। मैनू इन्ना याद है, मैनू होर मेरी फेवरेट चॉकलेट की चीज पता की सी, बॉर्नविटा। देखो जिवें आपां आटा गुंदे आ ना, उदा करना है इहनू मिक्स सारा कुछ, ते इह देख लेना है कि जद इन्नी कंसिस्टेंसी चाहिदी है तुहाडे न्यूटेला दी या फ्रॉस्टिंग दी, कि मतलब ये सारा आटे वांगर गुंज जावे टुगेदर, सारा मिक्स हो जावे। क्या बात है, फड़ के देखना आ ਕੀ ਇਦਾਂ ਬਾਲ ਜੀ ਬਣ ਜਾਂਦੀ ਹੈ। ਮਨਚੂਰੀਅਨ ਬਣਾਉਣੀ ਆ। ਹਾਂ, ਮਨਚੂਰੀਅਨ ਜੀ ਬਣਾਉਣੀ ਹੈ। ਇਹ ਕੇਕ ਮਨਚੂਰੀਅਨ ਆ ਫਿਰ, ਇਹ ਕੇਕ ਪਾਪਾ ਨਹੀਂ ਗਾ, ਕੇਕ ਪਾਪਾ ਨਹੀਂ ਆ। ਹਾਂ, ਅੱਛਾ ਮੈਂ ਇਹਦੇ ਥੋੜਾ ਜਿਹਾ ਨਟੈਲਾ ਹੋਰ ਪਾਉਂਗੀ। ਹਾਂ, ਜਸਟ ਬਿਕੋਜ਼ ਵੈਸੇ ਹੀ ਸ਼ੌਕ ਵਾਸਤੇ ਨਹੀਂ, ਥੋੜਾ ਜਿਹਾ ਕ੍ਰੰਬਲੀ ਹੈਗਾ ਹਲੇ। ਅੱਛਾ, ਤੇ ਮਤਲਬ ਸਵਾਦ ਅਨੁਸਾਰ। ਹਾਂ, ਸਵਾਦ ਅਨੁਸਾਰ ਨਹੀਂ, ਮਤਲਬ ਕੰਸਿਸਟੈਂਸੀ ਅਨੁਸਾਰ। ਕੰਸਿਸਟੈਂਸੀ ਅਨੁਸਾਰ, ਹਾਂ ਜੀ, ਕੰਸਿਸਟੈਂਸੀ ਪੰਜਾਬੀ ਮਤਲਬ ਉਹਦੇ ਫਸਗੀ ਦੋ ਪੰਜਾਬੀ ਦੱਸਣੇ ਵੀ ਤੁਸੀਂ, ਇੱਕ ਤਾਂ ਹੇਜ਼ਲਨਟ ਦੀ ਪੰਜਾਬੀ, ਇੱਕ ਕੰਸਿਸਟੈਂਸੀ ਦੀ ਪੰਜਾਬੀ। ਮਤਲਬ ਉਹਦੀ ਫੀਲਿੰਗ ਵਾਂਗਰ, ਹੁਣ ਇਹ ਵੀ ਪੰਜਾਬੀ ਨਹੀਂ ਹੈਗਾ, ਤੇਲ ਵਾਂਗਰ ਮੈਂ ਵੀ ਇੰਗਲਿਸ਼ ਦਾ ਵਰਡ ਯੂਜ਼ ਕਰਕੇ ਪੰਜਾਬੀ ਬਣਾਈ ਜਾਂਦੀ ਹੈ ਹੁਣ। ਹੋ ਗਿਆ, ਬਣ ਗਿਆ, ਇਹ ਹੈਗੋ, ਇਹ ਦੇਖੋ ਬਿਲਕੁਲ ਪਰਫੈਕਟ ਹੋ ਗਿਆ, ਇਹ ਦੇਖੋ, ਇਹ ਦੇਖੋ ਪਰਫੈਕਟ ਹੋ ਗਿਆ। ਤੇ ਮਾਰਬਲ ਇਫੈਕਟ ਕਿੰਨਾ ਸੋਹਣਾ ਆਇਆ, ਕਿਉਂਕਿ ਮੇਰਾ ਕੇਕ ਸਪੰਜ ਸੀਗਾ ਵਨੀਲਾ। ਮਾਰਬਲ ਇਫੈਕਟ ਮਤਲਬ, ਮਾਰਬਲ ਇਫੈਕਟ ਮਤਲਬ ਜਿਵੇਂ ਮਾਰਬਲ ਚ ਲਾਈਨਾਂ ਲੂਨੀਆਂ ਹੁੰਦੀਆਂ ਨਾ ਰੈਂਡਮ, ਉਹਨੂੰ ਅੱਛਾ ਜਿਹੜਾ ਚਿਪਸ ਸਿਫਾਰਸ਼ ਤੇ ਲੱਗਦੀ ਆ। ਹਾਂ, ਅੱਛਾ, ਤੇ ਇਦਾਂ ਮਤਲਬ ਮਾਰਬਲ ਇਫੈਕਟ ਹੈ, ਮਤਲਬ ਇੱਕ 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 ਕਲਰ ਦਾ ਨਹੀਂ ਹੈਗਾ, ਦੋ ਮਿਕਸਚਰ ਨੇ, ਰੰਗ ਬਰੰਗਾ ਵਿਚਾਰਾ। ਇਹ ਦੇਖੋ ਇਦਾਂ ਆਪਣਾ ਬਣ ਗਿਆ ਹੁਣ। ਹਾਂ, ਬਸ ਹੁਣ ਕੀ ਕਰਨਾ, ਆਟਾ ਤਿਆਰ ਹੋ ਗਿਆ, ਫਟਾਫਟ ਕਰ, ਫਿਰ ਆਪਣੀ ਵੀਡੀਓ 10 ਮਿੰਟ ਦੀ ਹੋਣੀ ਵਾਲੀ ਆ। ਹਾਂਜੀ, ਇਹਦੀ ਹੁਣ ਛੋਟੀ ਛੋਟੀ ਗੋਲੀਆਂ ਬਣਾਉਣੀਆਂ ਆਪਾਂ ਨੇ। ਓਕੇ, ਤੇ ਗੋਲੀਆਂ ਬਣਾ ਕੇ ਗੁਲਾਬ ਜਾਮਣਾ ਬਣਾਉਣੀਆਂ। ਹਾਂ, ਗੁਲਾਬ ਜਾਮਣਾ, ਪਰ ਇੰਨਾ ਸਾਈਜ਼ ਰੱਖਿਓ ਉਹਦਾ ਕਿ ਹਾਂ ਵੀ ਜਿਹੜੀ ਵੀ ਤੁਸੀਂ ਜਿਹਦੇ ਚ ਤੁਸੀਂ ਚਾਕਲੇਟ ਮੈਲਟ ਕੀਤੀ ਹੈ ਵੀ ਉਹਦੇ ਚ ਉਹ ਡਿਪ ਹੋ ਜਾਵੇ। ਆ ਉਹ ਡਿਪ ਕਰਨ ਮੈਂ ਦੱਸਣਾ ਭੁੱਲ ਗਈ,
ਬਣਨੀ ਚਾਹੀਦੀ ਹੈ ਪਿਛਲੀ ਵਾਰ ਜਦ ਦਿਲ ਦਾ ਬਰਥਡੇ ਸੀਗਾ ਸਾਡੇ ਗੈਸਟ ਆਏ ਸੀਗੇ ਬ੍ਰਿਸਬਨ ਤੋਂ ਵੀ ਹੋਰ ਪਾਸੋਂ ਵੀ ਤੇ ਅਸੀਂ ਸਾਰਿਆਂ ਨੇ ਮਿਲ ਕੇ ਬਣਾਈਆਂ ਸੀਗੀਆਂ ਬੈਠ ਕੇ ਨਾ ਤੇ ਉਹਨਾਂ ਨੇ ਇੰਨੀ ਲਾਈਕ ਕੀਤੀਆਂ ਅੱਧੀ ਤੋਂ ਜ਼ਿਆਦਾ ਮਤਲਬ ਬਣਾਉਣ ਤੋਂ ਪਹਿਲਾਂ ਹੀ ਏਦਾਂ ਹੀ ਫਿਨਿਸ਼ ਹੋ ਗਈਆਂ ਸੀ ਨਹੀਂ ਜੋ ਆਹੋ ਤਾਂ ਕੇਕ ਹੈ ਹੁਣ ਜੇ ਦੇਖਿਆ ਹੋਵੇ ਕੇਕ ਤੇ ਨਟੈਲਾ ਪਾ ਕੇ ਆ ਡਿਫਰੈਂਟ ਇਹ ਆਲਰੇਡੀ ਕੁੱਕਡ ਹੈ ਇਹਦੇ ਵਿੱਚ ਕੁਝ ਬੇਕਿੰਗ ਦੀ ਲੋੜ ਹੀ ਨਹੀਂ ਕੁਝ ਵੀ ਨਹੀਂ ਓਕੇ ਹੁਣ ਇਹਦੇ ਬਾਅਦ ਕੀ ਕਰਨਾ ਫਿਰ ਦੱਸੋ ਹੁਣ ਮੈਂ ਸਾਰੀ ਬਣਾ ਕੇ ਮੈਂ ਇਹਨਾਂ ਨੂੰ ਅੱਧਾ ਘੰਟਾ ਫ੍ਰਿਜ 'ਚ ਰੱਖ ਦਿਆਂ ਫਿਰ ਆਪਾਂ ਦੱਸ ਦਿਆਂ ਕੀ ਕਰਨਾ ਤੇ ਡੰਡੇ ਹੁਣ ਫਸਾਉਣੇ ਕਿ ਬਾਅਦ 'ਚ ਫਸਾਉਣੇ ਨਹੀਂ ਬਾਅਦ 'ਚ ਫਸਾਉਣੇ ਆ ਠੰਡੇ ਹੋਏ ਤੋਂ ਠੰਡੇ ਹੋਏ ਤੋਂ ਓਕੇ ਚਲੋ ਮਿਲਦੇ ਆ ਫਿਰ ਜਦੋਂ ਡੰਡੇ ਹੋ ਗਏ ਠੰਡੇ ਠੰਡੇ ਕੇਕ ਪੌਪਸ ਹੋ ਗਏ ਠੰਡੇ ਅੱਛਾ ਸੌਰੀ ਕੇਕ ਪੌਪਸ ਨਹੀਂ ਗਏ ਡੰਡੇ ਨਹੀਂ ਕੇਕ ਪੌਪਸ ਚਲੋ ਅੱਜ ਤਾਂ ਫਨੀ ਹੋ ਗਿਆ ਹਾਂਜੀ ਆ ਗਏ ਸੀ 15 20 ਮਿੰਟਾਂ ਬਾਅਦ ਤੇ ਅਸੀਂ ਇਹਨਾਂ ਨੂੰ ਹੁਣ ਕੂਲ ਕਰ ਲਿਆ ਹੈ ਆਪਣੇ ਕੇਕ ਪੌਪਸ ਨੂੰ ਤੇ ਸੋਹਣੇ ਲੱਗਦੇ ਆ ਨਾ ਤੇ ਹੁਣ ਮੇਰੇ ਕੋਲ ਟੇਸਟੀ ਵੀ ਨੇ ਅਸੀਂ ਦੋ ਚਾਰ ਖਾ ਵੀ ਗਏ ਮੇਰੇ ਨਾਲ ਤੇਗ ਤੇ ਦਿਲ ਦਿਲ ਆਓ ਜੀ ਹੈਲਪ ਕਰਨਗੇ ਮੇਰੀ ਕੇਕ ਪੌਪਸ ਬਣਾਉਣ ਚ ਓਕੇ ਓਕੇ ਮੈਂ ਤੁਹਾਨੂੰ ਦੇਣੇ ਡਿਪ ਕਰਕੇ ਤੇ ਤੁਸੀਂ ਪਾਉਣੇ ਸਪ੍ਰਿੰਕਲਸ ਰੈਡੀ ਚਲੋ 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 ਚੱਕਰ ਹੁਣ ਆਪਾਂ ਕੀ ਕਰਾਂ ਮੈਂ ਆਪਣੀ ਚਾਕਲੇਟ ਮੈਲਟ ਕਰ ਲਈ ਮਾਈਕ੍ਰੋਵੇਵ ਚ ਪਹਿਲਾਂ 1 ਮਿੰਟ ਕੀਤੀ ਸੀਗੀ 1 ਮਿੰਟ ਤੋਂ ਬਾਅਦ ਹਲੇ ਪੂਰੀ ਮੈਲਟ ਨਹੀਂ ਹੋਈ ਸੀ ਚਮਚ ਨਾਲ ਹਿਲਾ ਕੇ ਫਿਰ 30 ਸੈਕਿੰਡਸ ਹੋਰ ਕੀਤੀ ਹੈ ਓਕੇ ਐ ਥੋੜੇ ਜਿਹਾ ਇਹਦੇ ਚ ਡਿਪ ਕੇ ਪਹਿਲਾਂ ਵੀ ਇਹ ਚ ਡਿਪ ਕਰਨੀ ਕਿਉਂ ਹਾਂਜੀ ਤੁਹਾਨੂੰ ਦੱਸ ਦਿਆ ਗਲੂ ਹੈ ਨਾ ਇੱਕ ਤਰ੍ਹਾਂ ਦੀ ਅੱਛਾ ਯਾਨੀ ਕਿ ਡਿਪ ਗਲੂ ਹਾਂਜੀ ਐ ਇਹਦੇ ਚ ਹੁਣ ਲਾਤਾ ਇਹ ਬਣ ਗਿਆ ਕੇਕ ਦਾ ਪਾਪਾ ਹਾਂਜੀ ਤੇ ਕੇਕ ਪੌਪ ਆਲਰੇਡੀ ਆਪਣਾ ਠੰਡਾ ਆ ਇਸ ਕਰਕੇ ਉਹਦੇ ਨਾਲ ਆਪਣੇ ਆਪ ਉਹ ਚਾਕਲੇਟ ਜਿਹੜੀ ਸਟਿਕ ਹੋ ਜਾਣੀ ਹੈ ਓਕੇ ਠੀਕ ਹੈ ਦਿਲ ਵੇਟ ਹੁਣ ਇਹਨੂੰ ਕਰਨਾ ਆ ਇਹਦੇ ਵਿੱਚ ਮਿਲਟਡ ਚਾਕਲੇਟ ਚ ਡਿਪ ਵਾਓ ਇਦਾਂ ਪ੍ਰੋਪਰਲੀ ਤੇ ਹੁਣ ਡ੍ਰਿਪ ਕਿੱਥੇ ਕਰੂਗਾ ਤੇ ਇਹਨੂੰ ਵੇਟ ਕਰਨੀ ਹੈ ਕਿ ਇਦਾਂ ਸਰਕਲ ਕਰਕੇ ਦਿਲ ਵੇਟ 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 ਮੈਨੂੰ ਪਤਾ ਤਾਂ ਇਹ ਦੇਖੀ ਸਾਰੇ ਕੀਨ ਨੇ ਚਾਕਲੇਟ ਦੇਖ ਕੇ ਸਾਰਿਆਂ ਦੇ ਮੂੰਹ ਚ ਪਾਣੀ ਆਉਂਦਾ ਹੀ ਆਉਂਦਾ ਆ ਰਾਈਟ ਵਨ ਦੇਖ ਹਾਂਜੀ ਤੇ ਇਦਾਂ ਕਰਕੇ ਅਸੀਂ ਯੂਜ਼ ਕਰ ਰਹੇ ਹਾਂ ਪ੍ਰੋਪਰ ਨਾਈਸ ਮਿਲਕ ਚਾਕਲੇਟ ਓਕੇ ਇਦਾਂ ਹੁਣ ਇਹ ਹੋ ਗਈ ਹੁਣ ਇਹਦੇ ਉੱਤੇ ਆਪਾਂ ਪਾ ਦੇਣੇ ਸਪ੍ਰਿੰਕਲ ਪਾਓ ਦੇ ਸਪ੍ਰਿੰਕਲ ਪਾਓ ਆ ਜਾ ਤੇ ਕੀ ਆ ਜਾ ਭੱਜ ਕੇ ਦੇ ਵਾਂਟਸ ਟੂ ਟ੍ਰਾਈ ਦ ਬਲੂ ਵਨਸ ਫਸਟ ਵਾਓ ਦਿਲ ਤੇ ਤੇਗ ਨੂੰ ਫੜਾ ਦੇ ਵੀ ਤੇਗ ਤੇ ਮੈਂ ਕਰਾਂਗੇ ਪਿੰਕ ਵਾਲੇ ਓ ਅੱਛਾ ਇਦਾਂ ਬਣ ਜਾਂਦੇ ਆ ਚੀਜ਼ਾਂ ਹੈ ਯਾ ਲੈ ਓਕੇ ਥੱਲੇ ਜਿਹੜਾ ਗੰਦ ਪਾਣਾ ਰੇਨਬੋ ਤਾਂ ਇਹ ਆਪਾਂ ਟ੍ਰੇ ਰੱਖੀ ਹੈ ਨੈਕਸਟ ਜਿਹੜਾ ਇੱਧਰ ਫੈਰਿਆ ਥੱਲੇ ਆ ਦੇ ਦਿਲ ਸੁਣਾਣ ਸਿੰਘ ਓਕੇ ਡਨ ਆ ਇਹ ਹੋ ਗਿਆ ਫਰਸਟ ਕੇਕ ਪੌਪ ਰੇ ਫੜਾ ਫੜ ਕਰੋ ਜਲਦੀ ਫਿਰ ਦੂਜਾ ਵੀ ਦੇਖੋ ਕਿੰਨਾ ਸੋਹਣਾ ਲੱਗਦਾ ਆ ਸੋਹਣਾ ਲੱਗ ਰਿਹਾ ਹੈ ਹੁਣ ਨੈਕਸਟ ਵਾਲਾ ਮੈਂ ਤੇਰੇ ਦੇਣੀ ਆ ਉਹ ਮੇਰਾ ਉਹ ਤੇਰਾ ਆ ਵਾਓ ਓਕੇ ਨੈਕਸਟ ਕੇਕ ਪੌਪ ਸਟੇਕ ਆਰ ਯੂ ਰੈਡੀ ਜਲਦੀ ਕਰੋ ਮੁਕਾਉਣੀ ਬਾਕੀ ਤੁਸੀਂ ਜੋ ਮਰਜ਼ੀ ਗਾ ਪਾਈ ਜਾਓ ਬਾਅਦ ਚ ਰੋਟੀ ਖਾਣੀ ਆ ਭਾਈ ਇੱਕ ਬਸ ਰਹਿ ਗਿਆ ਇਹਦੇ ਬਾਅਦ ਬੱਚੇ ਸਾਰੇ ਆਪਣੇ ਆਪ ਕਰਨਗੇ ਜਿਹੜਾ ਕਰਨਾ ਹੈ ਉਹਨਾਂ ਨੇ ਥੱਲੇ ਮੇਰੀ ਚੋਕਲੇਟ ਵੀ ਮੈਲਟ ਹੋ ਰਹੀ ਆ ਤੇ ਇਹ ਪਾਉਂਗੀ ਇਹਦੇ ਵਿੱਚ ਪਿਸਟਾਸ਼ੂਸ ਮੇਰੇ ਫੇਵਰੇਟ ਨਟਸ ਚਲੋ ਇਹ ਪਿਸਟਾਸ਼ੀਓ ਬਣ ਜਿੰਨੇ ਜਿੰਨੇ ਮਰਜ਼ੀ ਬਣਾ ਸਕਦੇ ਹੋ ਹਾਂਜੀ ਓਕੇ ਜੀ ਦਿਲ ਕਰੋ ਮੈਡਮ ਕਲੋਜ਼ ਕਰੋ ਵੀਡੀਓ ਜਲਦੀ ਕਲੋਜ਼ ਅਪ ਚੈ ਦੇਖੋ ਭਾਈ ਸਾਡੇ ਕੇਕ ਪੌਪਸ ਹੁਣ ਐ ਆਲਰੇਡੀ ਹਾਰਡ ਹੋਣ ਲੱਗੇ ਤੇ ਇਹਨੂੰ ਫ੍ਰਿਜ ਚ ਰੱਖ ਦੋ ਤਾਂ ਹੋਰ ਹਾਰਡ ਹੋ ਜਾਏ ਓਕੇ ਤੇ ਇਹ ਬਣ ਗਈ ਤੁਹਾਡੀ ਲੈਫਟ ਓਵਰ ਡਿਜ਼ਰਟ ਤੇ ਮਤਲਬ ਵੇਸਟੇਜ ਨਹੀਂ ਲੋੜਨੀ ਖਾ ਕੇ ਦਿਖਾਓ ਸਾਰੇ ਖਾ ਕੇ ਦਿਖਾਓ ਬਾਈਟ ਹਾਲੇ ਪੂਰੀ ਤਰ੍ਹਾਂ ਹੋਇਆ ਨਹੀਂ ਪਰ ਇਟਸ ਓਕੇ ਬਾਈਟ 1 2 3 8 ਇੱਧਰ ਤਾਂ ਖਾ ਵੀ ਗਿਆ ਉੱਧਰ ਖਾ ਵੀ ਗਈ ਵਾਓ Yummy. Okay, like, comment, subscribe, Jasmine's Kitchen.